ਮੈਂ ਆਪਣੇ ਪਿੰਡ ਵਾਲੇ ਘਰ 'ਚ ਆ ਗਿਆ ਸੀਗਾ, ਬਸ ਹੁਣੀ ਗੁੱਡ ਮੋਰਨਿੰਗ ਸਾਰਿਆਂ ਨੂੰ, ਖੁਬ ਕਰਦਾ ਕਿ ਸਾਰੇ ਤੁਸੀਂ ਠੀਕ ਹੀ ਹੋਵੋਗੇ, ਠੀਕ ਹੀ ਰਹਿਣਾ। ਮੈਂ ਤੁਹਾਡਾ ਕੈਫੇ ਤੱਕ ਘਰ 'ਤੇ, ਤੁਸੀਂ ਦੇਖ ਰਹੇ ਕੈਫੇ ਤੱਕ ਬਲੌਗ। ਦਿਨ ਦੀ ਸ਼ੁਰੂਆਤ ਹੋ ਚੁੱਕੀ ਹੈਗੀ, ਬਹੁਤ ਹੀ ਸੋਹਣੀ ਧੁੱਪ ਨਿਕਲੀ ਹੋਈ ਹੈਗੀ, ਹਵਾ ਵੀ ਥੋੜ੍ਹੀ ਥੋੜ੍ਹੀ ਚੱਲ ਰਹੀ ਹੈਗੀ, ਅਤੇ ਨਾਲ ਹੀ ਮੌਸਮ ਵੀ ਬਹੁਤ ਸੋਹਣਾ ਗਾ। ਅਤੇ ਸੂਰਜ ਮੈਂ ਦਿਖਾਵਾਂ, ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦਾ ਵੀ ਕਿੰਨਾ ਸੂਰਜ ਇਸ ਵਕਤ ਚਮਕ ਰਿਹਾ ਹੈਗਾ। ਪੂਰੇ ਅੱਖਾਂ ਦੇ ਵਿੱਚ ਮੈਂ ਦੇਖ ਨਹੀਂ ਪਾ ਰਿਹਾ, ਮੇਰੀ ਅੱਖਾਂ 'ਚ ਥੋੜ੍ਹਾ ਪਾਣੀ ਨਿਕਲਣ ਲੱਗ ਜਾਂਦਾ ਗਾ। ਇਹ ਦਿਨ ਦੀ ਸ਼ੁਰੂਆਤ ਤੁਹਾਨੂੰ ਪਤਾ ਹੋ ਚੁੱਕਿਆ ਕਿ ਮੈਂ ਕਹਿੰਦਾ ਤੁਹਾਡੀ ਦਿਨ ਦੀ ਸ਼ੁਰੂਆਤ ਤੁਹਾਡੀ ਬਹੁਤ ਅੱਛੀ ਹੋਈ ਹੋਊਗੀ ਜੀ। ਅਤੇ ਇਸ ਵਕਤ ਮੈਂ ਸੀਗਾ ਆਪਣੇ ਘਰ ਦੇ ਟੈਰਿਸ 'ਤੇ। ਹਮੇਸ਼ਾ ਹੀ ਮੈਂ ਵਲੌਗ ਉੱਪਰ ਆ ਕੇ ਸ਼ੁਰੂ ਕਰਦਾ ਜਾਂ ਕਿਤੇ ਵੀ ਸ਼ੁਰੂ ਕਰਦਾ ਨਾ, ਬਟ ਮੈਂ ਮੋਸਟਲੀ ਉੱਪਰ ਆ ਕੇ ਸ਼ੁਰੂ ਕਰ ਦਾਂਗਾ। ਅਤੇ ਅੱਜ ਮੈਂ ਜਾ ਰਿਹਾ ਸੀ ਕਿਸ ਕੰਮ ਦੇ ਲਈ, ਮੈਂ ਜਾ ਰਿਹਾ ਸੀ ਆਪਣੇ ਘਰ, ਜਾਣੀ ਕਿ ਮੈਂ ਆਪਣੇ ਪਿੰਡ ਜਾ ਰਿਹਾ। ਇਸ ਵਕਤ ਮੈਂ ਰਹਿ ਰਿਹਾ ਮੋਸਟਲੀ ਸ਼ਹਿਰ ਦੇ ਵਿੱਚ ਰਹਿਣਾ, ਬਟ ਮੇਰੇ ਪਿੰਡ ਘਰ ਪਿੰਡ ਵੀ ਹੈਗਾ, ਮੈਂ ਉੱਥੇ ਜਾ ਰਿਹਾ ਹੈਗਾ ਕਿਉਂਕਿ ਮੈਂ ਤੁਹਾਡਾ ਕੰਮ ਸੀਗਾ। ਅਤੇ ਥੋੜ੍ਹੇ ਟਾਈਮ ਲਈ ਮੈਂ ਨਿਕਲਾਂਗਾ ਆਪਣੇ ਪਿੰਡ ਵਾਲੇ ਘਰ ਨੂੰ, ਮੈਂ ਪਿੰਡ ਨੂੰ ਜਾਵਾਂਗਾ। ਅਤੇ ਅੱਜ ਥੋੜ੍ਹਾ ਮੈਨੂੰ ਕੰਮ ਆ ਉੱਥੇ, ਕਿਉਂਕਿ ਮੈਂ ਸ਼ਾਮ ਨੂੰ ਜਾਣਾ ਸੀਗਾ, ਦੁਪਹਿਰ ਤੋਂ ਬਾਅਦ ਜਾਣਾ ਸੀਗਾ। ਅਤੇ ਕਿਉਂਕਿ ਮੈਨੂੰ ਥੋੜ੍ਹਾ ਜਲਦੀ ਜਾਣਾ ਪੈ ਗਿਆ, ਕਿਉਂਕਿ ਸ਼ਾਮ ਨੂੰ ਮੈਨੂੰ ਇੱਕ ਹੋਰ ਕੰਮ ਆ ਜ਼ਰੂਰੀ, ਮੈਂ ਉਸ ਕੰਮ ਲਈ ਫਿਰ ਮੈਨੂੰ ਐਵੇਂ ਹੋ ਜਾਊ ਕਿ ਲੇਟ ਨਾ ਕਿਤੇ ਹੋ ਜਾਂ। ਬਸ ਥੋੜ੍ਹੇ ਟਾਈਮ ਲਈ ਮੈਂ ਜਾਊਂਗਾ ਆਪਣੇ ਪਿੰਡ ਵਾਲੇ ਘਰ ਦੇ ਵਿੱਚ, ਉੱਥੇ ਥੋੜ੍ਹਾ ਮੈਨੂੰ ਹੈਗਾ ਕੰਮ, ਨਾਲ ਮੇਰੇ ਜਾਣਗੇ ਮੰਮੀ, ਅਤੇ ਉਹਨਾਂ ਨੂੰ ਵੀ ਕੰਮ ਉੱਥੇ, ਇਸ ਕਰਕੇ ਜਾ ਰਿਹਾ ਸੀਗਾ। ਹੋਪ ਕਰਦੇ ਕੱਲ੍ਹ ਸੰਡੇ ਆ, ਕੱਲ੍ਹ ਸੰਡੇ ਨੂੰ ਮੈਂ ਹੋ ਸਕਦਾ ਕਿ ਮੈਨੂੰ ਕੋਈ ਜ਼ਰੂਰੀ ਕੰਮ ਹੋ ਜਾਵੇ। ਆਈ ਥਿੰਕ ਮੈਨੂੰ ਆਊਟ ਆਫ ਸਿਟੀ ਜਾਣਾ ਪੈ ਸਕਦਾ, ਮੋਸਟਲੀ ਕਨਫਰਮ ਨਹੀਂ ਹੈਗਾ ਗਾ, ਜਿੱਥੇ ਕਰ ਮੈਨੂੰ ਪਤਾ ਕਿ 50-50 ਵਾਲੇ ਕੰਮ ਆ, ਕਿਉਂਕਿ ਮੈਂ ਸ਼ਾਇਦ ਜਾ ਸਕਦਾ, ਕਿਉਂਕਿ ਮੈਨੂੰ ਥੋੜ੍ਹਾ ਕੰਮ ਹੋ ਸਕਦਾ ਗਾ, ਯਾਨੀ ਮੈਂ ਦੇਖਦੇ ਜਦੋਂ ਕੱਲ੍ਹ ਆਉਂਦੀ ਹੈਗੀ। ਅਤੇ ਅੱਜ ਤਾਂ ਮੈਨੂੰ ਜਾ ਰਿਹਾ ਆਪਣੇ ਪਿੰਡ, ਅਤੇ ਮੈਨੂੰ ਹੈਗਾ ਬਹੁਤ ਜ਼ਰੂਰੀ ਕੰਮ, ਮੈਨੂੰ ਹੈਗਾ 2 ਜਾਂ 2 ਘੰਟੇ ਦਾ ਕੰਮ ਉੱਥੇ। 2 ਘੰਟੇ ਬਾਅਦ ਮੈਂ ਵਾਪਸ ਆ ਜਾਊਂ, ਕਿਉਂਕਿ ਉਸ ਵਕਤ ਮੈਨੂੰ ਘਰ ਆ ਕੇ ਵੀ ਬਹੁਤ ਜ਼ਰੂਰੀ ਕੰਮ ਆ। ਜਾਣ ਤੋਂ ਪਹਿਲਾਂ ਕੁਛ ਖਾ ਲਾਂ, ਫਿਲਹਾਲ ਮੈਂ ਰੋਟੀ ਖਾ ਲਈ ਸੀ ਮੋਰਨਿੰਗ ਵਿੱਚ ਹੀ, ਥੋੜ੍ਹੇ ਮੈਂ ਥੋੜ੍ਹੀ ਭੁੱਖ ਲੱਗੀ ਕਿਉਂਕਿ ਮੈਨੂੰ ਲੱਗਦਾ ਕਿ ਉੱਥੇ ਟਾਈਮ ਨਾਲ ਲੱਗ ਜੀ, ਫਿਰ ਮੈਂ ਜ਼ਿਆਦਾ ਭੁੱਖੀ 'ਚ ਮੈਂ ਜਾ ਰਿਹਾ ਹੁਣ ਕਿਚਨ ਦੇ ਵਿੱਚ, ਉੱਥੇ ਪੀਵਾਂਗਾ ਥੋੜ੍ਹੀ ਬਹੁਤ ਚਾਹ ਪੀ ਲੂੰਗਾ, ਕਿਉਂਕਿ ਥੋੜ੍ਹੀ ਪੀਊਂਗਾ। ਦੇਖੋ ਚਾਹ ਮੈਂ ਜ਼ਰੂਰ ਪੀਣਾ, ਬਹੁਤ ਥੋੜ੍ਹੀ ਪੀਣਾਗਾ, ਥੋੜ੍ਹੀ ਥੋੜ੍ਹੀ ਬਸ। ਅਤੇ ਫਿਰ ਚੱਲਾਂਗੇ ਸਕੂਟਰ 'ਤੇ, ਬਾਈਕ 'ਤੇ ਨਹੀਂ ਜਾਵਾਂ ਕਿਉਂਕਿ ਮੇਰੇ ਪਾਸ ਥੋੜ੍ਹਾ ਕੁਝ ਸਮਾਨ ਵੀ ਆ, ਉਹ ਵੀ ਲੈ ਕੇ ਜਾਣਾਗਾ, ਅਤੇ ਉਹ ਬਾਈਕ 'ਤੇ ਨਹੀਂ ਟਿਕਣਾ, ਅਤੇ ਮੈਂ ਜਾਊਂਗਾ ਸਕੂਟਰ 'ਤੇ ਅੱਜ। ਮੈਂ ਹੁਣ ਜਾ ਰਿਹਾ ਨੀਚੇ, ਥੋੜ੍ਹੀ ਪੀਣੀ ਆਪਾਂ ਚਾਹ। ਮੈਂ ਪੀ ਰਿਹਾ ਥੋੜ੍ਹੀ ਹੁਣ ਚਾਹ, 5-10 ਮਿੰਟਾਂ 'ਚ ਮੋਸਟਲੀ ਮੈਂ ਆਪਣੇ ਘਰ ਤੋਂ ਨਿਕਲੂੰਗਾ, ਅਤੇ ਫਿਰ ਆਪਾਂ ਚੱਲ ਦਿਆਂਗੇ, ਜਿਸ ਮੈਂ ਆਪਣੇ ਪਿੰਡ ਜਾਣਾਗਾ ਅਤੇ ਉਹ ਕੰਮ ਉਹ ਕਰਾਂਗੇ। ਅਤੇ ਫਿਲਹਾਲ ਤਾਂ ਮੈਂ ਥੋੜ੍ਹੀ ਚਾਹ ਪੀ ਲਾਂ, ਫਿਰ ਮੈਂ ਜਾਊਂਗਾ ਆਪਣੇ ਪਿੰਡ ਵਾਲੇ ਘਰ 'ਚ। ਓਹੋ, ਮੇਰੇ ਕੰਮ ਯਾਦ ਆ ਗਿਆ ਸੀਗਾ, ਮੈਂ ਫਿਰ ਦੁਬਾਰਾ ਤੋਂ ਆਇਆ ਸੀ ਉੱਪਰ, ਅਤੇ ਉਹ ਇਸ ਕਰਕੇ ਆਇਆ ਸੀ ਕਿਉਂਕਿ ਨਾ ਮੈਂ ਮੋਰਨਿੰਗ 'ਚ ਆਪਣੇ ਸ਼ੂਜ਼ ਧੋਤੇ ਸੀਗੇ, ਅਤੇ ਉਹਨੂੰ ਮੈਂ ਦੇਖਣ ਆਇਆ ਸੀ ਵੀ ਸੁੱਕੋ ਕਿ ਨਹੀਂ, ਕਿਉਂਕਿ ਹੁਣ ਮੈਂ ਦੇਖਣ ਵਾਸਤੇ ਆਇਆ ਸੀਗਾ, ਕਿਉਂਕਿ ਧੁੱਪ ਬਹੁਤ ਪੈ ਰਹੀ, ਮੋਸਟਲੀ ਸੁੱਕ ਗਏ ਹੋਣਗੇ। ਅਤੇ ਮੇਰੇ ਸਾਹਮਣੇ ਸ਼ੂਜ਼ ਪਏ ਨੇਗੇ, ਆਈ ਥਿੰਕ ਸੁੱਕ ਗਏ। ਓਕੇ, ਮੇਰੇ ਬੂਟ ਬਿਲਕੁਲ ਸੁੱਕ ਗਏ ਨੇ, ਕਿਉਂਕਿ ਧੁੱਪ ਬਹੁਤ ਜ਼ਿਆਦਾ ਪੈ ਰਹੀ ਹੈਗੀ, ਮੇਰੇ ਬੂਟ ਸ਼ੂਜ਼ ਸੁੱਕ ਗਏ ਨੇਗੇ, ਅਤੇ ਮੈਂ ਇਹੀ ਪਾ ਲੂੰਗਾ ਕਿਉਂਕਿ ਮੋਰਨਿੰਗ ਧੋਤੇ ਸੀ ਜੀ, ਅਤੇ ਐਨ ਬਿਲਕੁਲ ਐਨ ਬਹੁਤ ਵਧੀਆ ਨਿਕਲੇ ਐਨ ਨੇਗੇ, ਬਹੁਤ ਜ਼ਿਆਦਾ ਗੰਦੇ ਹੋਏ ਪਏ ਸੀ ਮੇਰੇ ਸ਼ੂਜ਼ ਇਹ ਵਾਲੇ। ਮੈਂ ਕਿਹਾ ਚਲੋ ਅੱਜ ਮੈਂ ਮਾਰਨ 'ਚ ਧੋਣਾ ਇਹਨਾਂ ਨੂੰ, ਮੈਂ ਪਾਣੀ ਵਾਸ਼ਿੰਗ ਮਸ਼ੀਨ ਚੱਲਦੀ, ਵਾਸ਼ਿੰਗ ਮਸ਼ੀਨ 'ਚ ਸਿੱਟਤੇ ਮੈਨੇ ਇਹ, ਅਤੇ ਹੁਣ ਬਿਲਕੁਲ ਸੁੱਕ ਗਏ ਨੇ, ਅਤੇ ਮੈਂ ਹੁਣ ਇਹੀ ਪਾ ਲੈਣਾ ਗਾ। ਮੈਂ ਤਾਂ ਆਇਆ ਸੀਗਾ, ਮੈਂ ਕਿਹਾ ਜੇ ਸੁੱਕ ਗਏ ਹੋਣਗੇ ਮੈਂ ਇਹੀ ਬੂਟ ਪਾ ਲੂੰਗਾ, ਜੇ ਨਹੀਂ ਸੁੱਕੇ ਹੋਣਗੇ ਮੇਰੇ ਦੂਸਰੇ ਸ਼ੂਜ਼ ਪਏ ਨੇ ਮੈਂ ਉਹ ਪਾ ਲੂੰਗਾ। ਬਾਈ ਦੇ ਵੀ ਇਹ ਬੂਟ ਬਿਲਕੁਲ ਸੁੱਕ ਗਏ ਨੇ, ਅਤੇ ਮੈਂ ਹੁਣ ਇਹੀ ਪਾ ਲੂੰਗਾ, ਅਤੇ ਹੁਣ ਮੈਂ ਜਾ ਰਿਹਾ ਗਾ ਆਪਣੇ ਪਿੰਡ ਦੇ ਲਈ। ਬਸ ਹੁਣ ਜਾ ਰਿਹਾ ਸੀ ਮੈਂ ਆਪਣੇ ਪਿੰਡ, ਅਤੇ ਜੋ ਕੁਛ ਸਮਾਨ ਸੀਗਾ ਉਹ ਲਿਆਂਦਾ ਸੀਗਾ, ਅਤੇ ਬਸ ਸਕੂਟਰ 'ਤੇ ਜਾ ਮੈਂ ਅਤੇ ਮੰਮੀ ਤਿਆਰ ਹਾਂ, ਬਸ ਜਾ ਰਿਹਾ ਸੀ ਪਿੰਡ ਨੂੰ, ਜੋ ਮੇਰਾ ਪੁਰਾਣਾ ਘਰ ਹੈਗਾ ਜਿਹੜਾ ਉੱਥੇ ਪਿੰਡ ਦੇ ਵਿੱਚ, ਅਤੇ ਮੈਂ ਉੱਥੇ ਜਾ ਰਿਹਾ ਹੈਗਾ, ਅਤੇ ਆਈ ਥਿੰਕ ਮੈਂ 2 ਘੰਟੇ ਲੱਗਣਗੇ, ਅਤੇ ਫਿਰ ਵਾਪਸੀ ਆ ਜਾਵਾਂਗਾ। ਮੈਂ ਆਪਣੇ ਪਿੰਡ ਵਾਲੇ ਘਰ 'ਚ ਆ ਗਿਆ ਸੀਗਾ, ਬਸ ਹੁਣ ਹੀ ਆਇਆਂਗਾ, ਹੁਣ ਹੀ ਗੇਟ ਖੋਲ੍ਹਿਆ, ਜਾਣੀ ਕਿ ਮੈਂ ਸਲੋ ਆਇਆ, ਬੜੀ ਤੇਜ਼ ਨਹੀਂ ਆਇਆ ਕਿਉਂਕਿ ਮੇਰੇ ਕੋਲ ਥੋੜ੍ਹਾ ਸਮਾਨ ਸੀਗਾ, ਇਸ ਕਰਕੇ ਮੈਂ ਸਲੋ ਸਲੋ ਆਇਆ ਸੀਗਾ, ਕਿਉਂਕਿ ਦਿੱਕਤ ਹੁੰਦੀ ਹੈ ਕਿਉਂਕਿ ਰਸਤਾ ਵੀ ਬਹੁਤ ਜ਼ਿਆਦਾ ਖਰਾਬ ਹੈਗਾ, ਅਤੇ ਇਸ ਕਰਕੇ ਵੀ ਹੋਣਾ ਪੈ ਗਿਆ। ਚਲੋ ਬਾਈ ਦੀ ਵੇ, ਮੈਂ ਆਪਣੇ ਘਰ ਆ ਗਿਆ ਸੀਗਾ, ਜਾਣੀ ਕਿ ਮੇਰੇ ਜਿਹੜੇ ਪਿੰਡ ਵਾਲਾ ਘਰ, ਮੈਂ ਉੱਥੇ ਆਇਆ ਸੀਗਾ, ਅਤੇ ਬਸ ਮੈਂ 2 ਘੰਟੇ ਰਹੂੰਗਾ, ਉਸ ਤੋਂ ਬਾਅਦ ਮੈਂ ਚਲਾ ਜਾਊਂਗਾ ਆਪਣੇ ਨੈਕਸਟ ਜੋ ਮੈਂ ਸ਼ਹਿਰ ਦੇ ਵਿੱਚ ਘਰ, ਮੈਂ ਉੱਥੇ ਚਲਾ ਜਾਊਂਗਾ। ਅਤੇ ਬਸ ਥੋੜ੍ਹਾ ਟਾਈਮ ਮੈਂ ਰੁਕਣਾ ਉਰੇ, ਕਿਉਂਕਿ 2 ਘੰਟੇ ਮਸਾਂ ਰੁਕੂੰਗਾ, ਕਿਉਂਕਿ ਮੈਨੂੰ ਘਰ ਆ ਕੇ ਫਿਰ ਥੋੜ੍ਹਾ ਕੰਮ ਹੈਗਾ ਗਾ ਉਹ ਕਰਾਂਗਾ।
ਕਾਫੀ ਦੇਰ ਹੋ ਗਈ ਹਾਲੇ ਤਾਂ ਮੈਂ ਆਪਣੇ ਪਿੰਡ ਵਾਲੇ ਘਰ ਵਿੱਚ ਹੀ ਸੀਗਾ ਕਿਉਂਕਿ ਹਾਲੇ ਮੈਂ ਗਿਆ ਨਹੀਂ ਕਿਉਂਕਿ ਕਾਫੀ ਲੋਕਾਂ ਨੇ ਮਿਲਣਾ ਗਾ ਸਾਰਿਆਂ ਨਾਲ ਮਿਲਦਾ ਹੁੰਦਾ ਫਿਰ ਕਾਫੀ ਅੱਛਾ ਪਿਆਰ ਮਿਲਦਾ ਗਾ ਕਾਫੀ ਲੋਕਾਂ ਨਾਲ ਗੱਲਬਾਤ ਕਰਦੇ ਹੋਏ ਪਿੰਡ ਵਾਲਿਆਂ ਨਾਲ ਅਤੇ ਬਹੁਤ ਅੱਛਾ ਫੀਲ ਹੁੰਦਾ ਗਾ ਲੋਕਾਂ ਨੂੰ ਮਿਲਿਆ ਕਾਫੀ ਗੱਲਾਂ ਕੀਤੀਆਂ ਉਹਨਾਂ ਨੇ ਪਿੰਡ ਦੀਆਂ ਗੱਲਾਂ ਕੀਤੀਆਂ ਕਿਉਂਕਿ ਮੈਂ ਕਾਫੀ ਦਿਨਾਂ ਬਾਅਦ ਅੱਜ ਆਇਆ ਗਾ ਪਿੰਡ ਅਤੇ ਮੋਸਟਲੀ ਇੱਕ ਦੋ ਵਾਰ ਮੈਂ ਆਪਣੇ ਘਰ 'ਚ ਆ ਜਾਂਦਾ ਹੁੰਦਾ ਗਾ ਉਹ ਸੂਰਜ ਮੇਰੀ ਅੱਖਾਂ 'ਚ ਬਹੁਤ ਪੈ ਰਿਹਾ ਯਾਰ ਅਤੇ ਤਾਂ ਕਰਕੇ ਸੀ ਮੈਂ ਬਾਹਰ ਜਾਂਦਾ ਗਾ ਅਤੇ ਮੈਂ ਦਿਖਾਉਣਾ ਗਾ ਪਿੰਡ ਮੈਂ ਆਪਣਾ ਮੈਂ ਖੜ੍ਹਾ ਸੀਗਾ ਆਪਣੇ ਘਰ ਦੇ ਬਾਹਰ ਯਾਨੀ ਕਿ ਗੇਟ ਦੇ ਵਿੱਚ ਖੜ੍ਹਾ ਸੀਗਾ ਹੁਣ ਅਤੇ ਬਸ ਥੋੜ੍ਹੇ ਟਾਈਮ ਚੱਕਣਾ ਆਈ ਥਿੰਕ ਮੈਨੂੰ ਹਲੇ ਘੰਟਾ ਹੋਰ ਲੱਗ ਜਾਊ ਪਹਿਲਾਂ ਮੈਂ ਦੱਸਿਆ 2 ਘੰਟੇ ਮੈਂ ਖੜੂੰਗਾ ਬਟ ਮੈਨੂੰ ਐਂ ਲੱਗਦਾ ਕਿ ਮੈਨੂੰ 3 ਘੰਟੇ ਲੱਗ ਜਾਣਗੇ ਅੱਜ ਕੱਲ੍ਹ ਕਿਉਂਕਿ ਮੈਂ ਵੀ ਨਾ ਕਾਫੀ ਦਿਨਾਂ ਬਾਅਦ ਮੈਂ ਆਇਆ ਹੈਗਾ ਆਪਣੇ ਪਿੰਡ ਵਾਲੇ ਘਰ ਦੇ ਵਿੱਚ ਮੋਸਟਲੀ ਜ਼ਿਆਦਾ ਮੈਂ ਆਪਣੇ ਸ਼ਹਿਰ ਵਾਲੇ ਘਰ 'ਚ ਹੀ ਰਹਿੰਦਾ ਗਾ ਉਹ ਤਾਂ ਮੈਂ ਬਹੁਤ ਟਾਈਮ ਹੋ ਗਿਆ ਚਲਾ ਗਿਆ ਉਹਨੂੰ ਮੈਂ ਕਾਫੀ ਦਿਨਾਂ ਬਾਅਦ ਆਪਣੇ ਘਰ ਆਇਆ ਸੀ ਪਿੰਡ ਵਾਲੇ 'ਚ ਅਤੇ ਕਾਫੀ ਅੱਛਾ ਲੱਗ ਰਿਹਾ ਗੱਲਾਂ ਬਾਤਾਂ ਕੀਤੀਆਂ ਨੇ ਲੋਕਾਂ ਦੇ ਨਾਲ ਜਿਹੜੇ ਮੇਰੇ ਆਂਢੀ ਗੁਆਂਢੀ ਸਾਰਿਆਂ ਨਾਲ ਬੋਲਚਾਲ ਹੈਗੀ ਹੈ ਮੇਰੀ ਫਿਰ ਬਹੁਤ ਰਹਿੰਦੇ ਨੇ ਪਿੰਡ ਦੇ ਵਿੱਚ ਉਹਨਾਂ ਨੂੰ ਮੈਂ ਗੱਲਬਾਤ ਕੀਤੀ ਅਤੇ ਇਸ ਵਕਤ ਮੈਂ ਆਪਣੇ ਘਰ ਹੈਗਾ ਬਸ ਥੋੜ੍ਹੇ ਟਾਈਮ 'ਤੇ ਜਾਵਾਂ ਕਮ ਸੇ ਕਮ ਮੈਨੂੰ ਹੋ ਰਿਹਾ ਨੂੰ 2 ਘੰਟੇ ਤਾਂ ਹੋ ਗਏ ਆਈ ਥਿੰਕ ਮੈਨੂੰ ਲੱਗਦਾ ਕਿ ਮੈਨੂੰ 1 ਘੰਟਾ ਹੋਰ ਲੱਗ ਜੂ ਹਲੇ ਉਰੇ ਅਤੇ ਮੈਂ ਚਲਾ ਜਾਊਂਗਾ ਆਪਣੇ ਘਰ ਨੂੰ ਅਤੇ ਜਾਣੀ ਕਿ ਮੇਰੇ ਸ਼ਹਿਰ ਵਾਲੇ ਘਰ 'ਚ ਅਤੇ ਮੈਂ ਹੁਣ ਹੈਗਾ ਪਿੰਡ ਦੇ ਵਿੱਚ ਅਤੇ ਲੋ ਆਪਣੇ ਜਿਹੜੇ ਨੀਅਰ ਅਬਾਊਟ ਮੇਰੇ ਨੇਬਰ ਨੇ ਮੇਰੇ ਗੁਆਂਢੀ ਨੇ ਉਹਨਾਂ ਨਾਲ ਗੱਲਬਾਤ ਕਰਦਾ ਕਿਉਂਕਿ ਕਾਫੀ ਨਾ ਲੋਕਾਂ ਨੇ ਮਿਲਣਾ ਆਪਣੇ ਪਿੰਡ ਦੇ ਆਲੇ ਗੇੜਾ ਕੱਢ ਰਿਹਾ ਹੈਗਾ ਥੋੜ੍ਹਾ ਕੱਢ ਰਿਹਾ ਨਾਲ ਕੁਛ ਵੇਲੇ ਸਮਾਨ ਵੀ ਹੈਗਾ ਮੈਂ ਉਹ ਵੀ ਲੈ ਕੇ ਜਾ ਰਿਹਾ ਹਾਂ ਕਾਫੀ ਦੇਰ ਹੋ ਗਈ ਸੀ ਮੈਂ ਪਿੰਡ ਵਿੱਚ ਸੀਗਾ ਹੁਣ ਮੈਂ ਜਾ ਰਿਹਾ ਘਰ ਨੂੰ ਅਤੇ ਬਸ ਸਕੂਟਰ 'ਤੇ ਜਾਵਾਂਗਾ ਜੋ ਕੰਮ ਸੀ ਮੇਰਾ ਕਰ ਲਿਆ ਕਾਫੀ ਦੇਰ ਹੋ ਗਈ ਸੀਗੀ ਕਾਫੀ ਗੱਲਾਂ ਕੀਤੀਆਂ ਮੈਂ ਆਪਣੀ ਜੋ ਵੀ ਪੁਰਾਣੇ ਮੇਰੇ ਦੋਸਤ ਸੀ ਮੈਂ ਉਹਨਾਂ ਨੂੰ ਮਿਲਿਆ ਅਤੇ ਉਹਨਾਂ ਨੇ ਬਸ ਕਾਫੀ ਗੱਲਾਂ ਪੁਰਾਣੀ ਕੀਤੀਆਂ ਨੇਗੀਆਂ ਅਤੇ ਇੱਦਾਂ ਹੀ ਹੁੰਦਾ ਜਦੋਂ ਬਸ ਹੁਣ ਮੈਂ ਜਾਊਂ ਕਿਉਂਕਿ ਇਸ ਵਕਤ ਵੱਜ ਚੁੱਕੇ ਨੇ 4 ਵੱਜ ਚੁੱਕੇ ਨੇ ਮੈਂ ਬਹੁਤ ਜ਼ਿਆਦਾ ਲੇਟ ਹੋ ਗਿਆ ਜਿਹਦੇ ਕਾਰਨ ਮੇਰਾ ਹੋਰ ਕੰਮ ਵੀ ਪੈਂਡਿੰਗ ਰਹਿ ਗਿਆ ਗਾ ਅਤੇ ਮੈਂ ਜ਼ਿਆਦਾ ਟਾਈਮ ਨਹੀਂ ਲਗਾਊਂਗਾ ਤਕਰੀਬਨ ਰਸਤਾ ਘਰ ਜਾਣ ਨੂੰ ਸਿਰਫ 15 ਮਿੰਟ ਲੱਗਦੇ ਨੇ 15 ਮਿੰਟ ਮੈਂ ਜ਼ਿਆਦਾ ਕਹਿਤੇ ਜ਼ਿਆਦਾ ਨਹੀਂ ਲੱਗਦੇ ਗੇ ਮੋਸਟਲੀ ਇਹ ਮੰਨੋ ਕਿ 10 ਮਿੰਟ ਲੱਗਣਗੇ ਮੈਨੂੰ ਘਰ ਜਾਣ ਦੇ ਲਈ ਅਤੇ ਬਸ ਮੈਂ ਹੁਣ ਜਾਊਂਗਾ ਆਪ ਕਹਿ ਤਾਂ ਬਹੁਤ ਜ਼ਿਆਦਾ ਪੀ ਲਿਆ ਯਾਰ ਮੈਂ ਹੋਰ ਨਹੀਂ ਕੁਛ ਪੀ ਸਕਦਾ ਗਾ ਢਿੱਡ ਭਰਿਆ ਪਿਆ ਮੇਰਾ ਕਿਉਂਕਿ ਇੰਨੇ ਜ਼ਿਆਦਾ ਜਾਣ ਪਛਾਣ ਵਾਲੇ ਨੇ ਬਸ ਮੈਂ ਹੁਣ ਜਾ ਰਿਹਾ ਆਪਣੇ ਘਰ ਨੂੰ ਅਤੇ ਜੋ ਮੇਰਾ ਕੰਮ ਹਾਲੇ ਪੈਂਡਿੰਗ ਪਿਆਂਗਾ ਗਾ ਉਹ ਜਾ ਕੇ ਕਰਾਂਗਾ ਅਤੇ ਬਸ ਚੱਲ ਦਿਆਂਗੇ ਮੈਨੂੰ ਲੱਗੀ ਬਹੁਤ ਜ਼ਿਆਦਾ ਭੁੱਖ ਮੈਂ ਲੈ ਕੇ ਆਇਆ ਸੀ ਉਹਦੇ ਸਮੋਸੇ ਲੈ ਕੇ ਆਇਆ ਸੀਗਾ ਕਿਉਂਕਿ ਮੈਨੂੰ ਕਾਫੀ ਦੇਰ ਹੋ ਗਈ ਮੈਂ ਕੁਛ ਖਾਧਾ ਨਹੀਂ ਸੀ ਪਰ ਹਾਂ ਚਾਹ ਵਗੈਰਾ ਪੀ ਲਈ ਸੀਗੀ ਬਟ ਖਾਣਾ ਮੈਨੂੰ ਭੁੱਖ ਲੱਗੀ ਸੀ ਮੈਂ ਖਾਂਦੇ ਆ ਕੁਛ ਮੈਂ ਆਉਂਦੇ ਹੋਏ ਸਮੋਸੇ ਲਿਆ ਸੀ ਸਮੋਸੇ ਖਾਂਦੇ ਹੈਗੇ ਬਹੁਤ ਜ਼ਿਆਦਾ ਮੈਨੂੰ ਭੁੱਖ ਲੱਗੀ ਹੋਈ ਯਾਰ ਮੈਂ ਹੁਣ ਸਮੋਸੇ ਖਾਊਂਗਾ ਸਮੋਸੇ ਲੱਗਦਾ ਮੈਨੂੰ ਲੱਗਦਾ ਠੰਡੇ ਹੋ ਗਏ ਯਾਰ ਦੇਖਦਾ ਠੰਡੇ ਹੋਏ ਪਏ ਨੇ ਮੈਨੂੰ ਦੁਬਾਰਾ ਤੋਂ ਗਰਮ ਕਰਦਾ ਕਿ ਉਹ ਸਮੋਸੇ ਗਰਮ ਕਰ ਥੋੜ੍ਹੇ ਗਰਮ ਕਰਨਾ ਸਮੋਸੇ ਗਰਮ ਹੋ ਰਹੇ ਨੇ ਕਿਉਂਕਿ ਸਮੋਸੇ ਨਾ ਠੰਡੇ ਹੋ ਗਏ ਸੀਗੇ ਠੰਡੇ ਖਾਣਾ ਫਿਰ ਸਵਾਦ ਨਹੀਂ ਆਉਂਦਾ ਅੱਛੇ ਲੱਗਦੇ ਮੈਂ ਚਲ ਠੀਕ ਹੈ ਨਾ ਹੁਣ ਪਹਿਲੇ ਗਰਮ ਕੀਤੇ ਜਾਣ ਸਮੋਸੇ ਮੈਂ ਫਿਰ ਖਾਊਂਗਾ ਅਤੇ ਨਾਲ ਮੈਂ ਦੁੱਧ ਵੀ ਗਰਮ ਕਰ ਲਿਆ ਨਾਲ ਸੌਸ ਵੀ ਹੈਗੇ ਆ ਸਮੋਸੇ ਗਰਮ ਹੋ ਰਹੇ ਨੇ ਅਤੇ ਦੁੱਧ ਵੀ ਮੇਰਾ ਗਰਮ ਆ ਅਤੇ ਬਸ ਖਾਂਦੇ ਹਾਂਗੇ ਥੋੜ੍ਹੀ ਮੈਨੂੰ ਭੁੱਖ ਵੀ ਬਹੁਤ ਜ਼ਿਆਦਾ ਲੱਗੀ ਹੋਈ ਸੀਗੀ ਹੁਣ ਮੈਂ ਆਪਣੇ ਪਿੰਡ 'ਚ ਲੱਗ ਗਿਆ ਉੱਥੇ ਲੱਗ ਕੇ ਮੇਰੇ 3 ਤੋਂ ਲੈ ਕੇ 4 ਘੰਟੇ ਮੈਨੂੰ ਲੱਗੀ ਬਹੁਤ ਜ਼ੋਰ ਦੀ ਭੁੱਖ ਚਾਹ ਮੈਂ ਪੀ ਮੈਂ ਹੁਣ ਘਰ ਆਇਆ ਆਉਂਦੇ ਹੋਏ ਮੈਂ ਸਮੋਸੇ ਲਿਆਇਆ ਸੀਗਾ ਅਤੇ ਹੁਣ ਸਮੋਸੇ ਖਾਊਂਗਾ ਅਤੇ ਉਸ ਤੋਂ ਬਾਅਦ ਜੋ ਮੇਰੇ ਕੰਮ ਆ ਉਹ ਕਰੂੰਗਾ ਓਕੇ ਮੇਰਾ ਸਮੋਸਾ ਹੋ ਗਿਆ ਸੀ ਗਰਮ ਅਤੇ ਮੈਂ ਹੁਣ ਖਾਣ ਲੱਗਿਆਂਗਾ ਤੁਹਾਨੂੰ ਦੱਸ ਕੇ ਮੈਨੂੰ ਬਹੁਤ ਭੁੱਖ ਲੱਗੀ ਹੈਗੀ ਮੈਂ ਸਮੋਸਾ ਖਾ ਲਿਆ ਸੀ ਅਤੇ ਹੁਣ ਮੈਂ ਪੀਊਂਗਾ ਦੁੱਧ ਉਸ ਤੋਂ ਬਾਅਦ ਮੈਂ ਆਪਣੀ ਵੀਡੀਓ ਜੋ ਇੱਕ ਪੈਂਡਿੰਗ ਪਈ ਆ ਉਹ ਮੈਂ ਐਡਿਟ ਕਰਾਂਗਾ ਆਈ ਥਿੰਕ ਮੈਨੂੰ ਥੋੜ੍ਹਾ ਜਿਹਾ ਕੰਮ ਹੋਰ ਆ ਉਹ ਕਰਾਂਗਾ ਜੇ ਮੈਨੂੰ ਲੱਗਿਆ ਟਾਈਮ ਤਾਂ ਅਤੇ ਬਾਈ ਦੀ ਵੇ ਕੀ ਹੈਗਾ ਹੁਣ ਮੇਰੀ ਕਿਹੜੀ ਵੀਡੀਓ ਲਾਸਟ ਪੈਂਡਿੰਗ ਪਈ ਆ ਉਹ ਮੈਂ ਕਰਨੀ ਐਡੀਟਿੰਗ ਤਾਂ ਮੈਂ ਪੀ ਰਿਹਾ ਦੁੱਧ ਅਤੇ ਮੇਰੀ ਭੁੱਖ ਸੀ ਥੋੜ੍ਹੀ ਸ਼ਾਂਤ ਹੋ ਗਈ ਅਤੇ ਬਸ ਇੰਨਾ ਕੀ ਆਈ ਹੋਪ ਕਿ ਅੱਜ ਦਾ ਵੀਡੀਓ ਤੁਹਾਨੂੰ ਬਹੁਤ ਅੱਛਾ ਲੱਗਿਆ ਕੁਛ ਵੀ ਅੱਛਾ ਲੱਗਿਆ ਕੁਛ ਬੁਰਾ ਲੱਗਿਆ ਉਹ ਕਮੈਂਟ ਕਰਕੇ ਮੈਨੂੰ ਜ਼ਰੂਰ ਦੱਸਿਓ ਨਾਲੇ ਵੀਡੀਓ ਨੂੰ ਜਲਦੀ ਜਲਦੀ ਸ਼ੇਅਰ ਕਰੋ ਸਬਸਕ੍ਰਾਈਬ ਜ਼ਰੂਰ ਕਰਨਾ ਚੈਨਲ ਨੂੰ ਅਤੇ ਆਪਣੇ ਦੋਸਤਾਂ ਮਿੱਤਰਾਂ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਮਿਲਦੇ ਆਪਾਂ ਇੱਕ ਹੋਰ ਅੱਛੇ ਜਿਹੇ ਬਲੌਗ ਦੇ ਵਿੱਚ ਉਦੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬਾਏ ਬਾਏ